ਸਾਡੇ ਕੋਲ ਮਾਸਕ ਕੁਝ ਤਾਂ ਸਰਕਾਰ ਦੇ ਵੱਲੋਂ ਆਏ ਸੀਗੇ ਸਾਡੇ ਮੁਲਾਜ਼ਮ ਲਈ ਮੁਲਾਜ਼ਮਾਂ ਲਈ, ਲੇਕਿਨ ਸਾਡੀ ਪੁਲਿਸ ਫੈਮਿਲੀਜ਼ ਜਿਹੜੀ ਸੀਗੀਆਂ ਹਰ ਇੱਕ ਘਰ 'ਚ ਇੱਕ ਇੱਕ ਮਸ਼ੀਨ ਹੈ ਜੀ, ਅਤੇ ਆਪਾਂ ਕੁਛ ਕੱਪੜਾ ਡੋਨੇਟ ਕਰਾਇਆ ਰੈਗੂਲਰਲੀ ਜੀ, ਅਤੇ 25 ਦਿਨਾਂ 'ਚ ਕੋਈ 35,000 ਮਾਸਕ ਉਹਨਾਂ ਨੇ ਬਣਾਇਆ। 617 ਪਿੰਡ ਜਿਹੜੇ ਹੈਗੇ ਇੱਕ ਹਫ਼ਤੇ 'ਚ 85% ਲੋਕਾਂ ਨੇ ਪਿੰਡਾਂ ਨੂੰ ਆਈਸੋਲੇਟ ਕਰ ਲਿਆ। ਡੀ ਜੀ ਸਾਹਿਬ ਵੱਲੋਂ ਸਾਨੂੰ ਕਿਹਾ ਗਿਆ ਸੀਗਾ ਕਿ ਇਨੋਵੇਟਿਵ ਮੈਥਡਸ ਯੂਜ਼ ਕਰੋ ਕਰਫਿਊ ਦੇ ਲੋਕਡਾਊਨ ਅਤੇ ਕਰਫਿਊ ਇਨਫੋਰਸਮੈਂਟ ਲਈ। ਲੋਕਲ ITI ਦੇ 2-3 ਮੁੰਡੇ ਅਤੇ ਸਾਡੇ BTECH ਜਵਾਨ ਜਿਹੜੇ ਕੋਂਸਟੇਬਲ ਹੈ ਜੀ, ਇਹਨਾਂ ਨੇ ਬੈਠ ਕੇ ਇੱਕ ਹਫ਼ਤੇ 'ਚ 5 ਡਰੋਨ ਤਿਆਰ ਕੀਤੇ ਜਿਹੜੇ ਬਹੁਤ ਸਸਤੇ ਹੈ। ਤੁਸੀਂ ਦੇਖ ਰਹੇ ਹੋ ਬਾਬੂ ਸਿੰਘ ਟਾਈਮਸ। ਦੋਸਤੋ, ਜਿਸ ਦਿਨ ਤੋਂ ਪੰਜਾਬ ਦੇ ਵਿੱਚ ਕਰਫਿਊ ਲਾਗੂ ਹੋਇਆ ਉਸ ਦਿਨ ਤੋਂ ਲੈ ਕੇ ਕਈ ਚੰਗੇ ਮਾੜੇ ਜਿਹੜੇ ਸੰਦਰਭ ਸੀਗੇ ਉਹ ਸਾਹਮਣੇ ਆਏ। ਸੋ ਇਸ ਕਰਫਿਊ ਦੇ ਵਿੱਚ ਜਿਹੜਾ ਸਭ ਤੋਂ ਇੱਕ ਮੇਨ ਜਿਹੜਾ ਪੱਖ ਹੈ ਉਹ ਸਾਹਮਣੇ ਆਇਆ, ਉਹ ਹੈ ਪੁਲਿਸ ਦਾ। ਅੱਜ ਅਸੀਂ ਤੁਹਾਨੂੰ ਇੱਕ ਇੱਦਾਂ ਦੇ ਆਫਿਸਰ ਨਾਲ ਮਿਲਵਾਉਣ ਜਾ ਰਹੇ ਹਾਂ। ਉਹ ਹੈਗੇ ਨੇ ਜੀ SSP ਸੋਭਨ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਬਾਬੂ ਸ਼ੇ ਟਾਈਮਸ ਦੇ ਵਿੱਚ। ਥੈਂਕ ਯੂ ਸਰ। ਤੁਹਾਡਾ ਜ਼ਿਲ੍ਹਾ ਬਹੁਤ ਵੱਡਾ ਹੈ, ਹਿਮਾਚਲ ਨਾਲ ਵੀ ਹੱਦ ਲੱਗਦੀ ਹੈ, ਕਈ ਜ਼ਿਲ੍ਹੇ ਨਾਲ ਤੁਹਾਡਾ ਬਾਰਡਰ ਵੀ ਲੱਗਦਾ ਹੈ। ਸੋ ਜਿਸ ਦਿਨ ਤੋਂ ਕਰਫਿਊ ਲਾਗੂ ਹੋਇਆ, ਪਹਿਲਾਂ ਲੋਕਡਾਊਨ ਹੋਇਆ ਫਿਰ ਕਰਫਿਊ ਹੋਇਆ, ਅਤੇ ਇਹ ਸਾਰੀ ਜਿਹੜੀ ਸਿਚੁਏਸ਼ਨ ਹੈ ਇਹਨੂੰ ਤੁਸੀਂ ਕੰਟਰੋਲ ਕਿੱਦਾਂ ਕੀਤਾ? ਜਿਹੜਾ ਰੋਪੜ ਦਾ ਬਾਰਡਰ ਹੈ ਉਹ ਹਿਮਾਚਲ ਦੇ 3 ਜ਼ਿਲ੍ਹੇ ਟੱਚ ਕਰਦੇ ਹਾਂ ਜੀ, ਅਤੇ ਅਗਰ ਤੁਸੀਂ ਦੇਖੋ ਤਾਂ ਛੋਟੀ ਵੱਡੀ ਸੜਕਾਂ ਜਿਹੜੀਆਂ ਹੈਗੀਆਂ, ਛੋਟੀ ਪਗਡੰਡੀਆਂ ਵੀ 106 ਹੈ ਜਿਹੜੀ ਹਿਮਾਚਲ ਅਤੇ ਪੰਜਾਬ ਨੂੰ ਰੋਪੜ ਰਾਹੀਂ ਜੋੜਦੀਆਂ ਜੀ। ਸਭ ਤੋਂ ਪਹਿਲਾਂ ਜਦ ਲੋਕਡਾਊਨ ਹੋਇਆ ਅਤੇ ਕਰਫਿਊ ਲਾਗੂ ਹੋਇਆ ਤਾਂ ਆਪਾਂ ਸਾਰੀ ਦੀ ਸਾਰੀ ਸੜਕਾਂ ਜਿਹੜੀ ਸੀਗੀਆਂ ਉਹ ਇਫੈਕਟਿਵਲੀ ਬਲੋਕ ਕਰਤੀਆਂ, ਸਿਵਾਏ 5 ਮੇਨ ਸੜਕਾਂ ਛੱਡ ਕੇ ਜੀ। ਇਹਨਾਂ ਸੜਕਾਂ 'ਚ ਸਾਡੀ ਚੈਕਿੰਗ ਪੁਆਇੰਟਸ, 5 ਚੈਕਿੰਗ ਪੁਆਇੰਟਸ ਸੀਗੇ, 24/7 ਇਹ ਮੈਂਡ ਸੀਗੇ ਜੀ, 8-8 ਘੰਟੇ ਦੀ ਡਿਊਟੀ, 1-7 ਦੀ ਨਫਰੀ, ਅਤੇ ਕੋਈ ਵੀ ਗੱਡੀ ਆ ਰਹੀ ਹੈ ਜਾ ਰਹੀ ਹੈ ਇਹਦਾ ਡਾਟਾ ਮੇਨਟੇਨੈਂਸ, ਜਿਹੜੀ ਐਪ ਹੈ ਕੋਵਿਡ ਐਪ ਜੀ ਜੀ, ਇਹ ਵੀ ਆਪਾਂ ਇਨਫੋਰਸ ਕਰ ਰਹੇ ਸੀਗੇ, ਜਿਹੜੇ ਵੀ ਬੰਦੇ ਆ ਰਹੇ ਹਾਂ ਜਾ ਰਹੇ ਉਹ ਡਾਊਨਲੋਡ ਕਰਨ, ਅਤੇ ਡਾਟਾ ਮੇਨਟੇਨ ਕਰਕੇ ਸੈਂਟਰਲੀ DC ਦਫ਼ਤਰ ਜਾਂ ਹੋਰ ਜ਼ਿਲ੍ਹਿਆਂ ਨਾਲ ਵੀ ਆਪਾਂ ਸ਼ੇਅਰ ਕਰਦੇ ਸੀਗੇ ਜੀ। ਸਰ, ਇਹ ਤੁਹਾਡਾ ਸ਼ਹਿਰੀ ਖੇਤਰ ਵੀ ਹੈ, ਤੁਹਾਡਾ ਦਿਹਾਤੀ ਖੇਤਰ ਵੀ ਹੈ, ਅਤੇ ਕੁਛ ਕੰਢੀ ਦੇ ਏਰੀਆ ਵੀ ਜਿਹੜਾ ਹੈਗਾ ਤੁਹਾਡੇ ਉਰੇ ਪੈ ਜਾਂਦਾ, ਅਤੇ ਕੁਛ ਤੁਹਾਡੇ ਜਿਹੜੇ ਸਲੰਮ ਏਰੀਆਜ਼ ਵੀ ਹੈਗੇ ਨੇ। ਸੋ ਤੁਸੀਂ ਇੰਨਾ ਸਿਸਟਮ ਨੂੰ ਕੰਟਰੋਲ ਕਿੱਦਾਂ ਕੀਤਾ, ਮਤਲਬ ਕਿੰਨੀ ਕੁ ਤੁਹਾਨੂੰ ਸਖਤੀ ਵਰਤਣੀ ਪਈ, ਜਾਂ ਲੋਕਾਂ ਨੇ ਤੁਹਾਡਾ ਕਿੰਨਾ ਕੁ ਸਾਥ ਦਿੱਤਾ? ਦੇਖੋ, ਲੋਕਾਂ ਨੇ ਤਾਂ ਬਹੁਤ ਸਾਥ ਦਿੱਤਾ, ਜਿੰਨੇ ਵੀ ਸਰਕਾਰ ਦੀ ਗਾਈਡਲਾਈਨ ਸੀਗੀਆਂ, ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀਆਂ ਸੀਗੀਆਂ ਜਾਂ DG ਸਾਹਿਬ ਦੇ ਹੁਕਮ ਸੀਗੇ ਜੀ, ਉਹ ਸ਼ੋਰਟੈਸਟ ਪੋਸੀਬਲ ਵੇ ਨਾਲ ਆਪਾਂ ਲੋਕਾਂ ਤੱਕ ਪਹੁੰਚਾਏ ਹਾਂ। ਡਾਇਰੈਕਟ ਲਾਈਨ ਆਫ ਕਮਿਊਨੀਕੇਸ਼ਨ ਖੋਲ੍ਹੀ ਹੈ, ਇੱਕ ਵਾਰ ਰੂਮ ਸੈਟਅਪ ਕੀਤਾ ਗਿਆ ਜੀ, ਜਿੱਥੇ ਆਪਣੇ ਆਪ ਹੀ ਲੋਕਲ ਸਰਪੰਚ, ਨੰਬਰਦਾਰ ਜਾਂ ਪਿੰਡ ਦੇ ਏਰੀਆ ਦੇ ਮੁਅੱਤਬਰ ਆਦਮੀਆਂ ਨੂੰ ਕਾਲ ਕੀਤੀ ਜਾ ਰਹੀਆਂ ਸੀਗੀਆਂ ਰੋਜ਼, ਅਤੇ ਉਹਨਾਂ ਨੂੰ ਦੁੱਖ ਤਕਲੀਫ ਪੁੱਛੀ ਜਾ ਰਹੀ ਸੀਗੀ। ਅਤੇ ਮੇਰਾ ਮੰਨਣਾ ਹੈ ਕਿ 95% ਲੋਕਾਂ ਨੇ ਬਿਲਕੁਲ ਕੋਪਰੇਟ ਕੀਤਾ ਅਤੇ ਸਾਥ ਦਿੱਤਾ। ਜਿਹੜੇ 5% ਰਹਿ ਗਏ ਇਹ ਕੁਛ ਮੁੰਡੀਰ ਸੀਗੇ, ਇਹਦੇ 'ਚ ਕੁਛ ਐਂਟੀ ਸੋਸ਼ਲ ਐਲੀਮੈਂਟ ਸੀਗੇ ਜੀ, ਇਹਨਾਂ ਨਾਲ ਸਖਤੀ ਵੀ ਵਰਤਣੀ ਪਈ। ਕਿੰਨੇ ਕੁ ਪਰਚੇ ਦਿੱਤੇ, ਮਤਲਬ ਕਿੰਨੇ ਕੁ? ਕੋਈ ਹੁਣ ਤੱਕ ਜਦ ਤੋਂ ਸ਼ੁਰੂ ਹੋਇਆ ਕੋਈ 300 ਦੇ ਕਰੀਬ ਪਰਚੇ ਹੈ ਜੀ, 500 ਲੋਕ ਜਿਹੜੇ ਹੈਗੇ ਉਹ ਅਰੈਸਟ ਕੀਤੇ ਗਏ ਸੀਗੇ ਜੀ, ਜਿਹੜੇ ਨੋਨ ਵੇਅਰਿੰਗ ਆਫ ਮਾਸਕ ਦੇ ਫਾਈਨ ਜਿਹੜੇ ਹੈ ਉਹ 800 ਦੇ ਕਰੀਬ ਹੈ ਹੁਣ ਤੱਕ ਜੀ, ਅਤੇ ਸਪਿਟਿੰਗ ਇਨ ਪਬਲਿਕ 'ਚ ਥੂਕਣਾ, ਇਹਦੇ 200 ਦੇ ਕਰੀਬ ਜਿਹੜੇ ਸਾਡੇ ਫਾਈਨ ਸੀਗੇ। ਸਰ, ਇਸ ਇੰਸੀਡੈਂਟ ਦੇ ਵਿੱਚ, ਕਰਫਿਊ ਵਾਲੇ ਦੇ ਵਿੱਚ, ਜਿਹੜਾ ਇੱਕ ਪੁਲਿਸ ਦਾ ਬਹੁਤ ਜਿਹੜਾ ਪੋਜ਼ਿਟਿਵ ਪੱਖ ਹੈ ਉਹ ਜਿਹੜਾ ਸਭ ਤੋਂ ਵੱਡਾ ਸਾਹਮਣੇ ਆਇਆ, ਉਹਦੇ 'ਚ ਤੁਹਾਡਾ ਜ਼ਿਲ੍ਹਾ ਕਾਫੀ ਮੋਹਰੀ ਜ਼ਿਲ੍ਹਿਆਂ ਦੇ ਵਿੱਚ ਆਉਂਦਾ ਹੈ, ਕਿ ਪੁਲਿਸ ਨੇ ਲੋਕਾਂ ਨੂੰ ਰਾਸ਼ਨ ਬਹੁਤ ਵੰਡਿਆ, ਦਵਾਈਆਂ ਬਹੁਤ ਵੰਡੀਆਂ, ਪੇਸ਼ੈਂਟਾਂ ਨੂੰ ਹੋਸਪਿਟਲਾਂ ਤੱਕ ਪਹੁੰਚਾਇਆ। ਸੋ ਤੁਹਾਡੇ, ਮੈਂ ਤੁਸੀਂ ਵਿਸਤਾਰਪੂਰਵਕ ਦੱਸੋ, ਤੁਸੀਂ ਕਿੰਨਾ ਕੁ ਰਾਸ਼ਨ ਵੰਡਿਆ, ਕਿੰਨੇ ਕੁ ਲੋਕਾਂ ਨੂੰ ਤੁਸੀਂ ਹੋਸਪਿਟਲ ਜਾਂ ਦਵਾਈਆਂ ਪਹੁੰਚਾਇਆ, ਜਾਂ ਹੋਰ ਕੋਈ ਇੱਦਾਂ ਦਾ ਇੰਸੀਡੈਂਟ ਜਿਹੜਾ ਕੋਈ ਤੁਹਾਡੇ ਲਈ ਤੁਸੀਂ ਕੋਈ ਖਾਸ ਕੀਤਾ ਹੋਵੇ? ਦੇਖੋ, ਰਾਸ਼ਨ ਜਿਹੜਾ ਵੰਡਿਆ ਪੁਲਿਸ ਨੇ ਉਹ ਸਟਾਰਟਿੰਗ ਡੇਜ਼ 'ਚ ਕਾਫੀ ਜ਼ਿਆਦਾ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਵੀ ਲਿੱਤਾ, ਮੁਲਾਜ਼ਮਾਂ ਨੇ ਖੁਦ ਲਿੱਤਾ ਆਪਣੇ ਜਵਾਨਾਂ ਨੇ, ਅਤੇ ਹੁਣ ਤੱਕ ਕੋਈ 6,000 ਪੈਕਟਸ ਰਾਸ਼ਨ ਦੇ, ਡਰਾਈ ਰਾਸ਼ਨ ਦੇ ਆਪਾਂ ਵੰਡ ਚੁੱਕੇ ਹਾਂ ਜੀ। ਜਿਹੜਾ ਇਹਦੀ ਜਿਹੜੀ ਸਾਨੂੰ ਡਾਇਰੈਕਸ਼ਨਸ ਵੀ ਸੀਗੀਆਂ ਉਹ DG ਸਾਹਿਬ ਵੱਲੋਂ ਸੀਗੀਆਂ ਜੀ ਜੀ, ਅਤੇ ਇੱਕ ਪੈਕਟ 'ਚ 15 ਦਿਨ ਦਾ ਰਾਸ਼ਨ ਹੈ ਇੱਕ ਬੰਦੇ ਲਈ, 2 ਮੀਲਸ ਏ ਡੇ ਦਾ ਜੀ ਜੀ, ਅਤੇ 2,000 ਪੈਕਟ ਸਾਡੇ ਹੋਰ ਵੀ ਤਿਆਰ ਹੈ ਕਿ ਕਦੇ ਵੀ ਜ਼ਰੂਰਤ ਪਏ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਜਾਂ ਕਿਤੇ ਹੋਰ, ਅਤੇ ਆਪਾਂ ਉਹ ਦੇ ਦਈਏ।
तो जिन्हें भी एरिया दे गुरुद्वारा साहब हैगे या मंदिर हैगे उत्थे भी जिहड़े वॉलंटियर सीगे वो आइडेंटिफाई किए गए जी। राशन बनाया गया, जिहड़ा लंगर सीगा बनाया गया, वो कुछ 4 लाख लोगों नूं आपां वन टाइम एक बार खिलाया है। हुण तक सर तुहाडे डिस्ट्रिक्ट दीआं काफ़ी गल्लां जिहड़ियां हैगियां वो सामने आईआं वी तुसीं कुछ नवेकलियां जिहड़ियां हैगियां पैड़ आ वो पाईआं भी जिदा तुसीं ड्रोन शुरू किए या कोई तुहाडे जिहड़े इत्थे पुलिस दे जिहड़े सीगे परिवार उन्हां ने मास्क बनाए इहदे बारे विस्तार पूर्वक दस्सो। देखो सब तो पहला ये सीगा कि जब पुलिस फ्रंटलाइन ड्यूटी तो करी रही सी जी, डी जी साहब वालों भी सानू टाइम टू टाइम इंस्ट्रक्शनस भी आ रही सीगियां, वो सानू थापी भी दे रहे सीगे जी जी। तो जब एक जिले च जिवें साडे जिले च 25 नाके लगे हो जी ते कोई 50 दे करीब पेट्रोलिंग पार्टीज हैं ठीक है जी, तो ये बहुत इंपोर्टेंट चीज़ रह जाती है कि लोगों नू नाल नाल ही इनफोर्समेंट ऑफ करफ्यू दे नाल नाल ही अवेयर भी किया जाए जी। इसलिए साढ़े को मास्क कुछ तो सरकार दे वल्लों आए सीगे साडे मुलाजमां लई, लेकिन साडी पुलिस फैमिलीज जिहड़ी सीगियां हर एक घर च एक एक मशीन है जी, ते आपां कुछ कपड़ा डोनेट कराया रेगुलरली जी, ते 25 दिनां च कोई 35,000 मास्क उन्होंने बनाया 25 दिनां च, रोज़ दा जिहड़ा है 1,000-1,500 मास्क बन रहा सीगा, ते अगले दिन सारे नाकियां ते पेट्रोलिंग पार्टीज जीओज SHOs नूं 20-20 दे पैकेट दिते जा रहे सीगे, ते ओह रैंडमली लोगों नूं वंड रहे सीगे। ओके, ओह सारे उन्होंने लोगों नूं दूजी गल सीगी कि फोर्स दी थोड़ी घाट हो है इस जिले च है थोड़ी जी, ते आपां ये एक शुरू किया कि पिंड वालियां नूं सिर्फ आइसोलेट करन लई आपां मोटीवेट किया। साडा जिला सब तो पहला सीगा, तुहाडा जिला पहला सी बिल्कुल, ते साडे 617 पिंड है, 617 पिंड जिहड़े हैगे एक हफ्ते च 85% लोगों ने पिंडां नूं आइसोलेट कर लिया। आइसोलेट का मतलब ये है कि ना तो कोई बाहरला बंदा अंदर आए रिश्तेदार, ना पिंड के लोग बाहर जाए बाहर जाए, डेजिगनेटेड ड्यूटियां लग रही सीगियां उन्होंने अपने नाके सीगे, जिहड़ा भी बंदा आ रहा सीगा वो सिर्फ कम लई आए एसेंशियल सर्विसेज लई आए, जिहड़े बाकी रिश्तेदारियां च इधर उधर जाने वो बंद कराया। तीजा सीगा कि डी जी साहब वालों सानू कहा गया सीगा कि इनोवेटिव मैथड्स यूज़ करो करफ्यू दे लॉकडाउन ते करफ्यू इनफोर्समेंट लई, ते आपां ड्रोन लोकली ड्रोन तैयार किए 5 जी, हर एक ड्रोन च एक कैमरा है, सायरन सिस्टम है, ते स्पीकर है। सर ड्रोन दा आइडिया मतलब कित्थों आया ड्रोन दा आइडिया सीगा ओरिजिनली जिहड़ा आइडिया सीगा वो डी जी साहब दा आइडिया सीगा, डी जी साहब ने एक पोस्ट पाई सीगी ग्रुप च जिथे कुछ वेस्टर्न वर्ल्ड च मेरे ख्याल तो इटली च जी ये शुरू किया गया सीगा, ते उन्होंने पाके छड़ता, फिर आपां सोचा कि आपां भी कर सकते हैं इत्थे लोकल जी जी, ते लोकल ITI दे 2-3 मुंडे ते साडे बीटेक जवान जिहड़े कॉन्स्टेबल हैं जी जी, इन्होंने बैठ के एक हफ्ते च 5 ड्रोन तैयार किए जिहड़े बहुत सस्ते हैं, 20 मिनट उन्हां दा फ्लाइंग टाइम है, तो ये चार्जिंग भी बहुत जल्द छेती हो जाती, बैटरियां भी उस तरह की यूज़ की गई हैं, तो ये बहुत अच्छा डिटरेंट इफेक्ट जिहड़ा है बहुत अच्छा है, जब ड्रोन उड़ता है वो आवाज़ आती है या सायरन वजदा है, तो जेडे 10 जवानों का काम पुलिस कॉन्स्टेबल्स का काम एक ड्रोन ही कर लेता है। सर यदा फिर किन्ना बेनीफिट होया मतलब काफ़ी बेनीफिट होया, मैं रोज़ वीडियोज़ जिहड़ी सीगियां देखदा सीगा जी कि कुछ मुंडीर जिहड़ी फालतू च घूम रही है ड्रोन उत्ते उड़िया ते इमीडिएटली घरां च वड़ गए, इहदा होया फायदा। कर सर जिदा इन्हें तुहाडे जवानां ने ड्रोन तैयार किए जां जिन्हां ने फ्रंट लाइन के उपर बड़ी वधिया ड्यूटी की तुहाडे कुछ मुलाजम इफेक्ट भी होए सी शायद होए सीगे जी हाँ जी, सो उन्हां दे मान सन्मान लई उन्हों तुसीं किहड़ा मान सन्मान दित्ता, उन्हां दी कोई DGP डिस्क दा उन्हां लई की तुसीं 8 साडे 2 GOs हैं ते 8 साडे EPOs हैं जिन्हां नूं डी जी साहब की डिस्क जिहड़ी डी जी साहब ने दिती है, तो नाल ही जिन्हां ने होर वधिया काम किया उन्हां दा IG साहब वालों CC1 सर्टिफिकेट भी किया गया। सर हुण करफ्यू खत्म हो चुका है, लॉकडाउन जारी है,
लोग तुरे फिरते हैं। सो हुण जिहड़ी सिचुएशन है शायद हुण भी खतरनाक होनी आप इहनूं कह सकते हैं। सो हुण तुहाडी पुलिस इन्हां नूं लोकां नूं किद्दां कंट्रोल कर रही है, जिद्दां हुण किसी ने मास्क नहीं पाया होया, कोई थुक रहा है, कोई मतलब सैनीटाइज़ दी वरतों नहीं। इहदा भी सानूं डी जी साहब वल्लों आदेश भी सीगा, रिटन च भी सीगा, ते उहनां दी हदायत सीगी जी वर्बल कम्युनिकेशन च, ते हैल्थ डिपार्टमेंट वल्लों सानूं चलान फाइन बुक्स इशू की गई हैं जी। हर एक थाने आप चार चार वो वंडियां हैं, तो रोज़ का टारगेट अलग अलग दिता हुआ आप कि दो घंटे तुम इस चौंक चो रुकना है, दो घंटे इस चौंक चो रुकना है, तो जिन्ना भी हो सके लोगों को अवेयर भी करो, गरीब आदमी को अवेयर करो, जिहड़ा पढ़ा लिखा है वो अगर मास्क नहीं पा रहा है तो उन्होंने फाइन करो। वो हो रहा जी कंटिन्यू हो रहा है, हो रहा है कंटिन्यू चल रहा है। ठीक है जी। सर हुण तुम रोपड़ के लोगों को, पंजाब के लोगों को तुहाडी जिहड़ी कारगुजारी है मतलब बड़ी निवेकली है, तुसी बहुत नवी है जिहड़ियां हैगियां पिरतां पाईआं ने भी पुलिस इदां भी कर सकदी है, इदां भी कर सकदी है, इदां भी कर सकदी है। इहदे च लोगों के एक बड़ा पॉजिटिव मैसेज गया पुलिस का, जिहड़ी कोई किसी के मन के कोई न पुलिस प्रति कोई नापक्षी विचार सीगे। सो तुसी की संदेश देना चाहोगे लोगों को भी जिहड़ा उन्हां दा मतलब बचाव भी हो सके करोना तो, ते ओह पुलिस दी हैल्प भी करन। देखो इहदे च ना सिर्फ एक अवेयरनेस लाउण दी जरूरत है कि जब भी कोई प्रॉब्लम आती है तो इन्नी वड्डी पद्धर की प्रॉब्लम आती है तो आपां नाल रल मिल के चलीए जी। तुसी अपने बुजुर्गों का कहा मानो, अपने इलेक्टेड रिप्रजेंटेटिवस का कहा मानो, सरपंच का मानो, अपने वार्ड मैंबर का कहा मानो, तो इकट्ठे होकर अगर आप चलेंगे तो ये प्रॉब्लम सॉल्व हो सकती है। लेकिन अगर आप सोचिए कि आप क्यों करिए फलाना करिए, फिर तो सख्ती सख्ती ही करनी पैनी है। सर तुम बाबूशाही टाइम दिता, थोड़ा बहुत बहुत धन्यवाद। सो मैं जल्दी ही दीदार सिंह गुरना तो एक नवे मेहमान हाजिर होवगा, तद तक लिए थैंक यू।